ਦਾੜੀ ਮੁੱਛਾਂ ਰੱਖਣ ਤੇ ਕੰਪਨੀ ਨੇ ਕੱਢੇ 80 ਵਰਕਰ। ਕੰਪਨੀ ਨੇ ਕਲੀਨ ਸ਼ੇਵ ਕਰਨ ਦੀ ਰੱਖੀ ਸੀ ਸ਼ਰਤ। ਤਾਂ ਕਾਮਿਆਂ ਨੇ ਮੰਨ ਲਈ ਸੀ ਕੰਪਨੀ ਦੀ ਇਹ ਸ਼ਰਤ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਸਨਾਤਨ ਧਰਮ ਕੀ ਜੈ। ਫਿਰ ਵੀ ਕੰਪਨੀ ਨਹੀਂ ਰੱਖ ਰਹੀ ਕੰਮ ਤੇ ਵਾਪਿਸ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਸਨਾਤਨ ਧਰਮ ਕੀ ਤਾਂ ਦੱਸ ਦਈਏ ਕਿ ਇੱਕ ਕੰਪਨੀ ਨੇ ਕੰਮ ਕਰਨ ਵਾਲੇ 80 ਕਾਮਿਆਂ ਨੂੰ ਇਸ ਲਈ ਕੰਮ ਤੋਂ ਕੱਢ ਦਿੱਤਾ ਕਿਉਂਕਿ ਉਹਨਾਂ ਦੇ ਮੁੱਛਾਂ ਦਾੜੀ ਰੱਖੀ ਹੋਈ ਸੀ। ਜਿਸ ਤੋਂ ਬਾਅਦ ਇਹਨਾਂ ਕਾਮਿਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਕੰਪਨੀ ਦੇ ਨਾਲ ਗੱਲਬਾਤ ਕੀਤੀ ਗਈ। ਤਾਂ ਕੰਪਨੀ ਨੇ ਇੱਕ ਸ਼ਰਤ ਰੱਖੀ ਕਿ ਇੱਕ ਹੀ ਸ਼ਰਤ ਤੇ ਇਹਨਾਂ ਨੂੰ ਵਾਪਸ ਕੰਮ ਤੇ ਰੱਖਿਆ ਜਾਵੇਗਾ ਕਿ ਇਹਨਾਂ ਨੂੰ ਪਹਿਲਾਂ ਕਲੀਨ ਸ਼ੇਵ ਕਰਵਾਉਣੀ ਪਵੇਗੀ, ਮਤਲਬ ਦਾੜੀ ਮੁੱਛ ਕਟਾਉਣੀ ਪੈਣੀ ਹੈ। ਜਿਸ ਤੋਂ ਬਾਅਦ ਇਹ ਕਾਮੇ ਕੰਪਨੀ ਦੀ ਇਸ ਸ਼ਰਤ ਦੇ ਲਈ ਰਾਜ਼ੀ ਹੋ ਜਾਂਦੇ ਨੇ ਅਤੇ ਸ਼ਰਤ ਮੰਨਣ ਤੋਂ ਬਾਅਦ ਵੀ ਇਹਨਾਂ ਨੂੰ ਕੰਮ ਤੇ ਵਾਪਸ ਨਹੀਂ ਰੱਖਿਆ ਜਾਂਦਾ। ਜਿਸ ਤੋਂ ਬਾਅਦ ਇਹ ਕਾਮੇ ਗੁੱਸੇ ਦੇ ਵਿੱਚ ਆ ਕੇ ਪ੍ਰਦਰਸ਼ਨ ਕਰਦੇ ਆ ਤੇ ਕੰਪਨੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਆ। ਤਾਂ ਜਿਵੇਂ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਪ੍ਰਸ਼ਾਸਨ ਨੇ ਇਸ ਸੰਬੰਧੀ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਕਿਹਾ ਕਿ ਉਹਨਾਂ ਨੂੰ ਮੀਡੀਆ ਦੇ ਰਾਹੀਂ ਇਸ ਗੱਲ ਦਾ ਪਤਾ ਲੱਗਿਆ ਤੇ ਜੇਕਰ ਕੰਪਨੀ ਦੇ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਤਾਂ ਇਹਨਾਂ ਦੇ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਤਾਂ ਦੱਸ ਦਈਏ ਕਿ ਮਾਮਲਾ ਹਿਮਾਚਲ ਦੇ ਪਰਵਾਣੂ ਦਾ, ਜਿੱਥੇ ਦਾੜੀ ਮੁੱਛ ਰੱਖਣ ਤੇ 80 ਕਾਮਿਆਂ ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤਾਂ ਇਹਨਾਂ ਨੂੰ ਕਲੀਨ ਸ਼ੇਵ ਰੱਖਣ ਦੇ ਲਈ ਕਿਹਾ ਗਿਆ ਸੀ ਤਾਂ ਸ਼ਰਤ ਰੱਖੀ ਗਈ ਸੀ, ਤਾਂ ਇਹਨਾਂ ਦੇ ਵੱਲੋਂ ਸ਼ਰਤ ਵੀ ਮੰਨ ਲਈ ਗਈ ਸੀ, ਜਿਸ ਤੋਂ ਬਾਅਦ ਵੀ ਇਹਨਾਂ ਨੂੰ ਕੰਮ ਤੇ ਵਾਪਸ ਨਹੀਂ ਰੱਖਿਆ ਗਿਆ। ਤਾਂ ਹੁਣ ਇਹ ਲਗਾਤਾਰ ਕੰਪਨੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਇਹ ਮਾਮਲਾ ਮੀਡੀਆ ਕੇ ਮਾਧਿਅਮ ਸੇ ਹਮਾਰੇ ਧਿਆਨ ਮੇਂ ਆਇਆ ਥਾ ਔਰ ਅਗਰ ਇਸ ਤਰ੍ਹਾਂ ਕੀ ਕੋਈ ਘਟਨਾ ਹੋਈ ਹੈ ਤੋ ਵੋ ਗਲਤ ਹੈ। ਮੈਨੇ ਆਪਣੇ ਜ਼ਿਲ੍ਹਾ ਕੇ ਸੋਲਨ ਕੇ ਲੇਬਰ ਆਫਿਸਰ ਕੋ ਅਭੀ ਡਾਇਰੈਕਸ਼ਨ ਦੀ ਹੈ ਕਿ ਵੋ ਇਸ ਬਾਰੇ ਮੇਂ ਛਾਨਬੀਨ ਕਰੇ ਔਰ ਜੋ ਰਿਪੋਰਟ ਹੈ ਵੋ ਮੁਝੇ ਸ਼ਾਮ ਤੱਕ ਪ੍ਰਸਤੁਤ ਕਰੇ। ਅਗਰ ਇਹ ਬਾਤ ਸਹੀ ਪਾਈ ਜਾਤੀ ਹੈ ਤੋ ਉਸ ਉਦਯੋਗ ਕੇ ਖਿਲਾਫ ਜੋ ਵੀ ਨਿਯਮ ਅਨੁਸਾਰ ਕਾਰਵਾਈ ਹੈ ਵੋ ਹਮ ਅਵਸ਼ਯ ਮਨ ਮੇਂ ਲਾਏਗੇ। ਅਭੀ ਵੋ ਛਾਨਬੀਨ ਕੇ ਬਾਅਦ ਹੀ ਪਤਾ ਚਲੇਗਾ ਕਿ ਉਨਕੋ ਕਿਸ ਆਧਾਰ ਪੇ ਨਿਕਾਲਾ ਗਿਆ ਹੈ। ਜੋ ਮੀਡੀਆ ਮੇਂ ਆ ਰਹਾ ਹੈ ਵੋ ਤੋ ਯੇ ਆ ਰਹਾ ਹੈ ਕਿ ਕਿਸੀ ਕੀ ਦਾੜੀ ਔਰ ਯਾ ਮੂਛੋਂ ਕੀ ਵਜਹ ਸੇ ਨਿਕਾਲਾ ਗਿਆ ਹੈ, ਪਰੰਤੂ ਅਭੀ ਛਾਨਬੀਨ ਕੇ ਬਾਅਦ ਹੀ ਮੈਂ ਉਸਕੇ ਬਾਰੇ ਮੇਂ ਕਹਿ ਪਾਊਂਗਾ। ਮੇਰੇ ਖਿਆਲ ਸੇ ਸ਼ਾਮ ਤੱਕ ਉਸਕੀ ਰਿਪੋਰਟ ਮੁਝੇ ਪ੍ਰਾਪਤ ਹੋ ਜਾਏਗੀ। ਦਾੜੀ ਮੁੱਛਾਂ ਰੱਖਣ ਤੇ ਕੰਪਨੀ ਨੇ ਕੱਢੇ 80 ਵਰਕਰ। ਕੰਪਨੀ ਨੇ ਕਲੀਨ ਸ਼ੇਵ ਕਰਨ ਦੀ ਰੱਖੀ ਸੀ ਸ਼ਰਤ। ਤਾਂ ਕਾਮਿਆਂ ਨੇ ਮੰਨ ਲਈ ਸੀ ਕੰਪਨੀ ਦੀ ਇਹ ਸ਼ਰਤ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਸਨਾਤਨ ਧਰਮ ਕੀ ਜੈ। ਫਿਰ ਵੀ ਕੰਪਨੀ ਨਹੀਂ ਰੱਖ ਰਹੀ ਕੰਮ ਤੇ ਵਾਪਸ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਸਨਾਤਨ ਧਰਮ ਕੀ ਜੈ। ਤਾਂ ਦੱਸ ਦਈਏ ਕਿ ਇੱਕ ਕੰਪਨੀ ਨੇ ਕੰਮ ਕਰਨ ਵਾਲੇ 80 ਕਾਮਿਆਂ ਨੂੰ ਇਸ ਲਈ ਕੰਮ ਤੋਂ ਕੱਢ ਦਿੱਤਾ ਕਿਉਂਕਿ ਉਹਨਾਂ ਦੇ ਮੁੱਛਾਂ ਦਾੜੀ ਰੱਖੀ ਹੋਈ ਸੀ। ਜਿਸ ਤੋਂ ਬਾਅਦ ਇਹਨਾਂ ਕਾਮਿਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਕੰਪਨੀ ਦੇ ਨਾਲ ਗੱਲਬਾਤ ਕੀਤੀ ਗਈ।
ਤਾਂ ਕੰਪਨੀ ਨੇ ਇੱਕ ਸ਼ਰਤ ਰੱਖੀ ਕਿ ਇੱਕ ਹੀ ਸ਼ਰਤ 'ਤੇ ਇਹਨਾਂ ਨੂੰ ਵਾਪਸ ਕੰਮ 'ਤੇ ਰੱਖਿਆ ਜਾਵੇਗਾ ਕਿ ਇਹਨਾਂ ਨੂੰ ਪਹਿਲਾਂ ਕਲੀਨ ਸ਼ੇਵ ਕਰਵਾਉਣੀ ਪਵੇਗੀ, ਮਤਲਬ ਦਾੜ੍ਹੀ ਮੁੱਛ ਕਟਾਉਣੀ ਪੈਣੀ ਹੈ। ਜਿਸ ਤੋਂ ਬਾਅਦ ਇਹ ਕਾਮੇ ਕੰਪਨੀ ਦੀ ਇਸ ਸ਼ਰਤ ਦੇ ਲਈ ਰਾਜ਼ੀ ਹੋ ਜਾਂਦੇ ਨੇ ਅਤੇ ਸ਼ਰਤ ਮੰਨਣ ਤੋਂ ਬਾਅਦ ਵੀ ਇਹਨਾਂ ਨੂੰ ਕੰਮ 'ਤੇ ਵਾਪਸ ਨਹੀਂ ਰੱਖਿਆ ਜਾਂਦਾ। ਜਿਸ ਤੋਂ ਬਾਅਦ ਇਹ ਕਾਮੇ ਗੁੱਸੇ ਦੇ ਵਿੱਚ ਆ ਕੇ ਪ੍ਰਦਰਸ਼ਨ ਕਰਦੇ ਆ ਤੇ ਕੰਪਨੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਆ। ਤਾਂ ਜਿਵੇਂ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਪ੍ਰਸ਼ਾਸਨ ਨੇ ਇਸ ਸੰਬੰਧੀ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਕਿਹਾ ਕਿ ਉਹਨਾਂ ਨੂੰ ਮੀਡੀਆ ਦੇ ਰਾਹੀਂ ਇਸ ਗੱਲ ਦਾ ਪਤਾ ਲੱਗਿਆ ਤੇ ਜੇਕਰ ਕੰਪਨੀ ਦੇ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਤਾਂ ਇਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਤਾਂ ਦੱਸ ਦੇ ਕਿ ਮਾਮਲਾ ਹਿਮਾਚਲ ਦੇ ਪਰਵਾਣੂ ਦਾ, ਜਿੱਥੇ ਦਾੜ੍ਹੀ ਮੁੱਛ ਰੱਖਣ 'ਤੇ 80 ਕਾਮਿਆਂ ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤਾਂ ਇਹਨਾਂ ਨੂੰ ਕਲੀਨ ਸ਼ੇਵ ਰੱਖਣ ਦੇ ਲਈ ਕਿਹਾ ਗਿਆ ਸੀ ਤਾਂ ਸ਼ਰਤ ਰੱਖੀ ਗਈ ਸੀ, ਤਾਂ ਇਹਨਾਂ ਦੇ ਵੱਲੋਂ ਸ਼ਰਤ ਵੀ ਮੰਨ ਲਈ ਗਈ ਸੀ, ਜਿਸ ਤੋਂ ਬਾਅਦ ਵੀ ਇਹਨਾਂ ਨੂੰ ਕੰਮ 'ਤੇ ਵਾਪਸ ਨਹੀਂ ਰੱਖਿਆ ਗਿਆ। ਤਾਂ ਹੁਣ ਇਹ ਲਗਾਤਾਰ ਕੰਪਨੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਇਹ ਮਾਮਲਾ ਮੀਡੀਆ ਕੇ ਮਾਧਿਅਮ ਸੇ ਹਮਾਰੇ ਧਿਆਨ ਮੇਂ ਆਇਆ ਥਾ ਔਰ ਅਗਰ ਇਸ ਤਰ੍ਹਾਂ ਕੀ ਕੋਈ ਇਹ ਘਟਨਾ ਹੋਈ ਹੈ ਤਾਂ ਉਹ ਗਲਤ ਹੈ। ਮੈਨੇ ਆਪਣੇ ਜ਼ਿਲ੍ਹਾ ਕੇ ਸੋਲਨ ਕੇ ਲੇਬਰ ਆਫਿਸਰ ਕੋ ਅਭੀ ਡਾਇਰੈਕਸ਼ਨ ਦੀ ਹੈ ਕਿ ਉਹ ਇਸ ਬਾਰੇ ਮੇਂ ਛਾਨਬੀਨ ਕਰੇ ਔਰ ਜੋ ਰਿਪੋਰਟ ਹੈ ਉਹ ਮੁਝੇ ਸ਼ਾਮ ਤੱਕ ਪ੍ਰਸਤੁਤ ਕਰੇ। ਅਗਰ ਇਹ ਬਾਤ ਸਹੀ ਪਾਈ ਜਾਤੀ ਹੈ ਤਾਂ ਉਸ ਉਦਯੋਗ ਕੇ ਖਿਲਾਫ ਜੋ ਵੀ ਨਿਯਮਾਨੁਸਾਰ ਕਾਰਵਾਈ ਹੈ ਵਾਮ ਅਵਸ਼ਯ ਬਨ ਮਿਲਾਏਗਾ। ਅਭੀ ਉਹ ਛਾਨਬੀਨ ਕੇ ਬਾਅਦ ਹੀ ਪਤਾ ਚਲੇਗਾ ਕਿ ਉਨਕੋ ਕਿਸ ਆਧਾਰ ਪਰ ਨਿਕਾਲਾ ਗਿਆ ਹੈ। ਜੋ ਮੀਡੀਆ ਮੇਂ ਆ ਰਹਾ ਹੈ ਉਹ ਤਾਂ ਇਹ ਆ ਰਹਾ ਹੈ ਕਿ ਕਿਸੀ ਕੀ ਦਾੜ੍ਹੀ ਔਰ ਜਾਂ ਮੁੱਛੋਂ ਕੀ ਵਜ੍ਹਾ ਸੇ ਨਿਕਾਲਾ ਗਿਆ ਹੈ, ਪਰੰਤੂ ਅਭੀ ਛਾਨਬੀਨ ਕੇ ਬਾਅਦ ਹੀ ਮੈਂ ਉਸਕੇ ਬਾਰੇ ਮੇਂ ਕਹਿ ਪਾਊਂਗਾ। ਮੇਰੇ ਖਿਆਲ ਸੇ ਸ਼ਾਮ ਤੱਕ ਉਸਕੀ ਰਿਪੋਰਟ ਮੁਝੇ ਪ੍ਰਾਪਤ ਹੋ ਜਾਏਗੀ।